ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਪੰਜਾਬੀ ਮੂਵੀ ਕੁੜੀ ਹਰਿਆਣੇਵਾਲ ਦੀ OTT ਅਪਡੇਟ ਐਂਡ ਕਿੱਥੇ ਲੀਕ ਹੋਈ ਆ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ। ਵੀਡੀਓ ਨੂੰ ਪੂਰਾ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਗੱਲ ਕਰੀਏ ਮੂਵੀ ਬਾਰੇ, ਤੇ ਇਸ ਮੂਵੀ ਦੇ ਵਿੱਚ ਐਮੀ ਵਿਰਕ, ਸੋਨਮ ਬਾਜਵਾ, ਯੋਗਰਾਜ ਸਿੰਘ, ਹਰਦੀਪ ਗਿੱਲ, ਅਜੇ ਹੁੱਡਾ, ਯਸ਼ਪਾਲ ਸ਼ਰਮਾ, ਹਨੀ ਮੱਟੂ, ਮਹਾਂਵੀਰ ਭੁੱਲਰ ਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਨੇ। ਇਸ ਮੂਵੀ ਨੂੰ ਰਾਕੇਸ਼ ਧਵਨ ਦੁਆਰਾ ਲਿਖਿਆ ਗਿਆ ਹੈ ਤੇ ਉਹਨਾਂ ਨੇ ਹੀ ਇਸ ਮੂਵੀ ਨੂੰ ਡਾਇਰੈਕਟ ਵੀ ਕੀਤਾ ਹੈ। ਜੇ ਗੱਲ ਕਰੀਏ ਮੂਵੀ ਦੇ ਬਾਰੇ ਤਾਂ ਮੂਵੀ ਦੀ ਕਹਾਣੀ ਪਹਿਲਵਾਨਾਂ ਦੀ ਹੈ। ਦਾਦਾ ਵੀ ਪਹਿਲਵਾਨ, ਪਿਓ ਵੀ ਪਹਿਲਵਾਨ, ਪਰ ਪੋਤਾ ਆਉਂਦਾ ਮੈਂ ਪਹਿਲਵਾਨ ਨਹੀਂ ਬਣਨਾ, ਮੈਂ ਵੱਖਰਾ ਏ। ਮੁੰਡਾ ਰੋਮੀਓ ਏ, ਹਰ ਦਿਨ ਨਵਾਂ ਨੰਬਰ ਲੱਭਦਾ ਏ ਕਿ ਕਿਹੜੀ ਨੰਬਰ ਕੁੜੀ ਦਾ ਵਾ। ਜਿੰਨਾ ਕੁੜੀ ਸੈੱਟ ਹੋ ਜੇ ਇਸੇ ਤੇ ਦੇਖਦਿਆਂ ਦੇਖਦਿਆਂ ਉਹ ਜਾਂਦਾ ਵਾ ਹਰਿਆਣੇ ਦਾਦੇ ਦੇ ਨਾਲ ਪਹਿਲਵਾਨੀ ਵੇਖਣ, ਪਰ ਉੱਥੇ ਹਰਿਆਣੇ ਦੀ ਕੁੜੀ ਨੂੰ ਵੇਖ ਕੇ ਉਹਦੇ ਨਾਲ ਪਿਆਰ ਹੁੰਦਾ ਏ, ਫਿਰ ਝੂਠਾ ਮੁੱਠਾ ਹੀ ਪਹਿਲਵਾਨ ਬਣ ਕੇ ਵਿਖਾਉਂਦਾ ਏ। ਇਹ ਫਿਲਮ ਦੀ ਕਹਾਣੀ ਬਹੁਤ ਵਧੀਆ ਏ, ਮੈਂ ਫਿਲਮ ਪੂਰੀ ਵੇਖ ਲਈ ਏ। ਇਹ ਫਿਲਮ 2 ਘੰਟੇ 30 ਮਿੰਟ ਦੀ ਹੈ, ਫਿਲਮ ਤੁਹਾਨੂੰ ਵਧੀਆ ਪਸੰਦ ਆਏਗੀ। ਜੇ ਗੱਲ ਕਰੀਏ ਇਸ ਮੂਵੀ ਦੀ OTT ਦੇ ਬਾਰੇ, ਤਾਂ ਇਸ ਮੂਵੀ ਦੇ OTT ਰਾਈਟ ਚਪਾਲ ਦੇ ਕੋਲ ਨੇ ਅਤੇ ਇਹ ਮੂਵੀ ਸਾਨੂੰ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਦੇਖਣ ਮਿਲੂਗੀ। ਤੁਸੀਂ ਸਤੰਬਰ ਛੱਡੋ, ਇਹ ਮੂਵੀ ਲੀਕ ਹੋ ਗਈ ਹੈ। ਜੇ ਤੁਸੀਂ ਦੇਖਣਾ ਚਾਹੁੰਦੇ ਜੇ ਤਾਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ, ਉੱਥੇ ਤੁਹਾਨੂੰ ਇਹ ਮੂਵੀ ਫੁੱਲ HD ਵਿੱਚ ਮਿਲ ਜਾਏਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।